ਗੋਡਿਆਂ ਦੇ ਉੱਪਰ ਰਗੜਾਂ ਨੇ ਕ੍ਰੋਲਿੰਗ ਕਰਦੇ ਹਾਂ ਅਸੀਂ ਕੂਹਣੀਆਂ ਦੇ ਉੱਪਰ ਜ਼ਖਮ ਹੈਗੇ ਨੇ ਅਤੇ ਇਸ ਤਰ੍ਹਾਂ ਲੱਗੀ ਜਾਂਦੀਆਂ ਨੇ ਜੋਸ਼ ਦੇ ਵਿੱਚ ਜਦੋਂ ਹੁੰਦੇ ਹਾਂ ਉਦੋਂ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਸੱਟਾਂ ਵੱਜ ਜਾਂਦੀਆਂ ਨੇ ਕਈ ਵਾਰ ਜੰਪ ਕਰਨਾ ਪੈਂਦਾ ਜਾਂ ਬਲਾਸਟ ਹੁੰਦੇ ਨੇ ਔਖਾ ਕੰਮ ਹੈ ਪਰ ਸਾਡੇ ਵਿੱਚ ਮਤਲਬ ਸਾਨੂੰ ਇੱਕ ਇਹੋ ਜਿਹਾ ਐਟਮੋਸਫੀਅਰ ਮਿਲ ਗਿਆ ਇੱਥੇ ਸਾਨੂੰ ਅਹਿਸਾਸ ਹੋ ਗਿਆ ਵੀ ਜੇ ਸਾਡੇ ਫੌਜੀ ਜਵਾਨ ਇੱਥੇ ਲੜ ਸਕਦੇ ਨੇ ਸਾਡੇ ਲਈ ਅਤੇ ਅਸੀਂ ਵੀ ਅਸੀਂ ਤਾਂ ਰੋਲ ਕਰਨਾ ਬਿਲਕੁਲ ਕਰਾਂਗੇ ਪ੍ਰੋਬਲਮ ਵਿਚਾਰਿਆਂ ਨੂੰ ਇਹ ਪੈਂਦੀ ਆ ਵੀ ਜਿਹੜੇ ਇੱਕ ਵਾਰੀ ਵਾਲ ਚਿੱਟੇ ਕਰਤੇ ਹਰ ਰੋਜ਼ ਉਹੀ ਵਾਲ ਚਿੱਟੇ ਕਰਨੇ ਕਿਤੇ ਐਂ ਨਾ ਹੋਵੇ ਵੀ ਕਹਿਣ ਅੱਜ ਇੱਧਰੋਂ ਚਿੱਟਾ ਸੀ ਕੱਲ੍ਹ ਨੂੰ ਇੱਧਰੋਂ ਚਿੱਟਾ ਹੋ ਗਿਆ ਸੋ ਹਾਰਡ ਜੋਬ ਹੈ ਬੜੀ ਬੜੀਆਂ ਚੀਜ਼ਾਂ ਕੰਟੀਨਿਊਟੀ ਲਈ ਮੇਨਟੇਨ ਕਰਨੀਆਂ ਪੈਂਦੀਆਂ ਇੱਕ ਵਾਰੀ ਸੱਟ ਲੱਗ ਗਈ ਤਾਂ ਪਰਮਾਨੈਂਟ ਉੱਥੇ ਹੀ ਸੱਟ ਹੈ ਡੇਲੀ ਉੱਥੇ ਹੀ ਬਣਾਉਣੀ ਆ ਉਹਦੀਆਂ ਫੋਟੋਆਂ ਖਿੱਚਣੀਆਂ ਕਰਨੀਆਂ ਪਰ ਹੁਣ ਤਾਂ ਇਹਨਾਂ ਨੂੰ ਯਾਦ ਹੀ ਹੋ ਗਿਆ ਚਿੱਟੇ ਵਾਲ ਦਾ ਇੱਦਾਂ ਹੀ ਕਰ ਦਿੰਦਾ ਸਾਰੇ ਦੇ ਸਾਰੇ ਛਾਂਟ ਗਏ ਪਰ ਫੀਲ ਬਹੁਤ ਅੱਛਾ ਹੈ ਕਿਉਂਕਿ ਫਿਲਮ ਦੇ ਵਿੱਚ 3-4 ਏਜ ਦੇ ਪੈਟਰਨ ਸੀਗੇ ਉਹਨਾਂ ਦਾ ਡਿਫਰੈਂਸ ਆਉਂਦਾ ਜਿਹੜੇ ਯੰਗ ਵਾਲੀ ਸੀਗੀ ਅਤੇ ਉਹਦੇ 'ਚ ਡਿਫਰੈਂਟ ਸੀਗਾ ਇੱਕ ਜਿਹੜਾ ਪਹਿਲਾਂ ਕੀਤਾ ਹੁਣ ਤਾਂ ਟੂ ਯੰਗ ਵਾਲਾ ਕਰਨਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਿੱਛੇ ਹੁਣ ਥੋੜ੍ਹਾ ਜਿਹਾ ਧੁੱਪ ਨਿਕਲੀ ਕਰਕੇ ਨਹੀਂ ਤਾਂ ਇੱਥੇ ਸੁਬਹਾ ਸ਼ਾਮ ਜਿਹੜਾ ਉਹ ਟੈਂਪਰੇਚਰ -11 -12 ਡਿਗਰੀ ਤੱਕ ਵੀ ਚਲਾ ਜਾਂਦਾ ਹੱਥ ਪਰ ਸੁੰਨ ਹੋ ਜਾਂਦੇ ਨੇ ਉਹਦੇ ਵਿੱਚ ਵੀ ਇੱਕ ਖਾਣਾ ਬਣਾਉਣ ਤੋਂ ਲੈ ਕੇ ਇੱਕ ਮੇਕਅਪ ਕਰਨ ਤੋਂ ਲੈ ਕੇ ਸੈਟਿੰਗ ਕਰਨ ਤੋਂ ਲੈ ਕੇ ਇਕੱਲੇ ਇਕੱਲੇ ਬੰਦੇ ਦਾ ਇਸ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਈਵਨ ਕਿ ਸਾਡੇ ਤੋਂ ਵੀ ਜ਼ਿਆਦਾ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਸਭ ਦਾ ਟੀਮ ਵਰਕ ਹੈ ਬਹੁਤ ਬਾਖੂਬੀ ਸਾਰੇ ਕੰਮ ਕਰ ਰਹੇ ਉਹ ਸੁਣਦੇ ਹੋ ਕਿੱਥੋਂ ਚੀਨੇ ਹੋ ਨਿਕਲੋ ਬਾਹਰ ਓਏ ਤੁਹਾਨੂੰ ਕੀ ਪਤਾ ਮਕੜਾਵਾ ਕੀ ਹੁੰਦਾ ਸਾਹਿਬ ਜੀ ਅਜੈਬ ਸਿੰਘ ਲੈ ਕੇ ਆਓ ਜੀ ਇੱਥੇ ਮੇਰੇ ਦਿਲ ਦੀਆਂ ਤਰੇੜਾਂ ਕੋਈ ਨਹੀਂ ਭਰ ਸਕਦਾ ਜੀ ਨਾ ਹੁਣ ਮਿਸਤਰੀ ਵਾਂਗੂ ਤੇਰੇ ਦਿਲ ਦੀਆਂ ਤਰੇੜਾਂ ਤੇ ਟੀਪ ਕਰ ਦੀਏ ਬਾਬਾ ਸਿੰਘ ਮੱਥਾ ਟੇਕਦਾ ਜਨਾਬ ਬਲੜੀ ਫੂਲ